ਮੰਡੀਆਂ ਦੇ ਵਿੱਚ ਅਸੀਂ ਆਏ ਹਾਂ ਗੜ ਸਿੰਘ ਮੰਡੀ ਦੇ ਵਿੱਚ ਜਿੱਥੇ ਝੋਨਾ ਰੱਖਣ ਨੂੰ ਜਗ੍ਹਾ ਨਹੀਂ, ਢੇਰੀਆਂ ਲੱਗੀਆਂ ਆ ਅਤੇ ਆੜ੍ਹਤੀ ਵੀ ਪਰੇਸ਼ਾਨ ਆ, ਮਜ਼ਦੂਰ ਵੀ ਪਰੇਸ਼ਾਨ ਆ, ਸਭ ਤੋਂ ਵੱਧ ਕਿਸਾਨ ਪਰੇਸ਼ਾਨ ਆ। ਜਿਹੜੀ ਸਰਕਾਰ ਆ ਅਨਾੜੀ ਲੋਕਾਂ ਦੇ ਹੱਥ ਪੰਜਾਬ ਦੇ ਲੋਕਾਂ ਨੂੰ ਫੜਾਤੀ ਔਰ ਉਹ ਜ਼ਿੰਮੇਵਾਰੀ ਆਪਣੀ ਸਮਝਦੇ ਕੋਈ ਨਹੀਂ। ਇਹ ਜਿਹੜੀਆਂ ਸਮੱਸਿਆਵਾਂ ਆ ਇਹ ਜਦੋਂ ਫਸਲ ਆਉਂਦੀ ਆ ਉਦੋਂ ਪਹਿਲਾਂ ਹੱਲ ਕਰਨੀਆਂ ਪੈਂਦੀਆਂ, ਚਾਹੇ ਸੈਲਰ ਵਾਲਿਆਂ ਨੇ ਮਾਲ ਚੱਕਣਾ, ਸਰਕਾਰ ਨੇ ਚੱਕਣਾ। ਇਹ ਪਹਿਲਾਂ ਤਕਰੀਬਨ ਦੋ ਦੋ ਮਹੀਨੇ ਪਹਿਲਾਂ ਮੀਟਿੰਗਾਂ ਕਰਕੇ ਸਾਰੇ ਮਸਲੇ ਸੋਲਵ ਕਰ ਲਏ ਜਾਂਦੇ ਆ ਕਿ ਜਿੱਥੇ ਕਿਸਾਨ ਦੀ ਫਸਲ ਰੁੱਲ ਰਹੀ ਆ ਉੱਥੇ ਕਿਸਾਨ ਤਾਂ ਅੱਗੇ ਦੁਖੀ ਆ, ਕਿਸਾਨ ਤਾਂ ਅੱਗੇ ਸੜਕਾਂ 'ਤੇ ਆਪਣਾ ਤੁਰਿਆ ਫਿਰਦਾ ਕਿ ਜਿੱਥੇ ਬੈਂਕਾਂ ਦੇ ਵਿਆਜ ਦੇਣੇ ਆ ਔਰ ਬੁਰਾ ਹਾਲ ਆ, ਪਰਿਵਾਰ ਚਲਾਉਣਾ ਕਿਸਾਨ ਕੀ ਕਰੇ। ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਕਿਸਾਨ ਦੀ ਹੈਲਪ ਕਰਨੀ, ਮਜ਼ਦੂਰ ਦੀ ਹੈਲਪ ਕਰਨੀ, ਪਰ ਇਹ ਸਰਕਾਰ ਜਿਹੜੀ ਆ ਇਹਨੂੰ ਸਰਕਾਰ ਚਲਾਉਣ ਦਾ ਪਤਾ ਹੀ ਨਹੀਂ ਗਾ। ਆਹ ਦਿੱਲੀ ਵਾਲੇ ਜੋ ਕਹਿੰਦੇ ਆ ਉਹ ਇਹ ਕਰਦੇ ਆ, ਅਤੇ ਸਰਕਾਰ ਬਣੀ ਨੂੰ ਕੋਈ 2.5 ਸਾਲ ਦਾ ਸਮਾਂ ਲਗਭਗ ਹੋਣ ਵਾਲਾ। ਅੱਜ ਪੰਜਾਬ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਆ। ਆਹ ਪਹਿਲੀ ਵਾਰ ਆ ਹੋਇਆ ਕਿ ਜਿਹੜਾ ਆੜ੍ਹਤੀ ਇੰਨਾ ਦੁਖੀ ਹੋਇਆ, ਕਿਸਾਨ ਇੰਨਾ ਦੁਖੀ ਹੋਇਆ, ਮਜ਼ਦੂਰ ਇੰਨਾ ਦੁਖੀ ਹੋਇਆ। ਇਹ ਪਹਿਲੀ ਵਾਰ ਅਸੀਂ ਦੇਖਿਆ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਇੱਦਾਂ ਫਸਲ ਕਿਸਾਨ ਦੀ ਰੋਲਦੀ ਨਹੀਂ ਦੇਖੀ। ਇਸ ਕਰਕੇ ਅਸੀਂ ਇਹ ਸਰਕਾਰ ਨੂੰ ਇਹੀ ਆਖਦੇ ਹਾਂ ਕਿ ਜਿਹੜਾ ਆੜ੍ਹਤੀ ਦਾ ਕਿਸਾਨ ਦਾ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕਰਕੇ ਕਿਸਾਨ ਦੀ ਜਿਹੜੀ ਫਸਲ ਆ ਇਹ ਚੁਕਾਈ ਜਾਵੇ, ਨਹੀਂ ਤਾਂ ਅਸੀਂ ਸਾਰੇ ਲੋਕਾਂ ਨੂੰ ਕਿਸਾਨਾਂ ਨੂੰ ਨਾਲ ਲੈ ਕੇ ਸੜਕਾਂ 'ਤੇ ਜਾਮ ਵੀ ਲਾਵਾਂਗੇ ਅਤੇ ਸਰਕਾਰ ਨੂੰ ਦੱਸਾਂਗੇ ਕਿ ਕਿੱਦਾਂ ਸਰਕਾਰਾਂ ਚਲਾਈ ਦੀਆਂ, ਇਹਨਾਂ ਨੂੰ ਪਿਛਲੀਆਂ ਸਰਕਾਰਾਂ ਚੱਲੀਆਂ ਉਹਨਾਂ ਤੋਂ ਕੋਈ ਸੋਝੀ ਲੈਣੀ ਚਾਹੀਦੀ ਆ ਕਿ ਉਹਨਾਂ ਨੂੰ ਵੀ ਮਸਲੇ ਸੋਲਵ ਕਰਦੇ ਰਹੇ ਆ। ਵੀ ਸੈਂਟਰ ਦਾ ਮਸਲਾ ਉਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਸੈਂਟਰ ਦੇ ਨਾਲ ਗੱਲ ਕਰੇ, ਉਹਨਾਂ ਏਜੰਸੀਆਂ ਨੂੰ ਜਿਹੜੀ ਇਹ ਫਸਲ ਜਿਹੜੀ ਚੁਕਾਉਣੀ ਗੋਦਾਮਾਂ 'ਚੋਂ, ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ। ਇਸ ਕਰਕੇ ਬਹੁਤ ਦੁੱਖ ਦੀ ਗੱਲ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਅਤੇ ਬਹੁਤ ਵੱਡਾ ਨੁਕਸਾਨ ਅੱਜ ਪੰਜਾਬ ਦਾ ਹੋ ਰਿਹਾ। ਇਹਦੇ ਵਾਸਤੇ ਜਿਹੜੀ ਇਹ ਝਾੜੂ ਵਾਲੀ ਸਰਕਾਰ ਆ ਇਹ ਜ਼ਿੰਮੇਵਾਰ।